ਸਰਕਾਰ ਨੇ ਐਂਟੀਬਾਇਟਿਕਸ ਦਰਦ ਨਿਵਾਰਕ ਅਤੇ মালਟੀ ਵਿਟਾਮਿਨਸ ਸਮੇਤ 156 ਦਵਾਈਆਂ ਤੇ ਪਾਬੰਦੀ ਲਗਾ ਦਿੱਤੀ ਹੈ ਕਿਉਂ ਜੋ ਇਸ ਸਮੀਖਿਆ ਤੋਂ ਬਾਅਦ ਪਾਇਆ ਗਿਆ ਸੀ ਕਿ ਇਹਨਾਂ ਨਾਲ ਸਿਹਤ ਨੂੰ ਖਤਰਾ ਹੈ ਸਿਹਤ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਚ ਕਿਹਾ ਕਿ ਇਹਨਾਂ 156 ਦਵਾਈਆਂ ਵਿੱਚ ਕੁਝ ਖੁਰਾਕਾਂ ਦੇ ਮਿਸ਼ਰਣ ਦੀ ਵਰਤੋਂ ਤੁਰਕੀਣਾ ਹੈ ਮੰਤਰਾਲੇ ਨੇ ਕਿਹਾ ਕਿ ਇਹਨਾਂ ਦਵਾਈਆਂ ਦੀ ਵਰਤੋਂ ਨਾਲ ਲੋਕਾਂ ਨੂੰ ਖਤਰਾ ਪੈਦਾ ਹੋਣ ਦੀ ਸੰਭਾਵਨਾ ਹੈ ਜਦਕਿ ਇਹਨਾਂ ਦੇ ਸੁਰੱਖਿਤ ਬਦਲ ਬਾਜ਼ਾਰ ਵਿੱਚ ਉਪਲਬਧ ਨੇ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਫੈਸਲਾ ਸਰਕਾਰ ਦੇ ਇੱਕ ਮਾਹਿਰ ਕਮੇਟੀ ਅਤੇ ਦਵਾਈਆਂ ਬਾਰੇ ਤਕਨੀਕੀ ਸਲਾਹਕਾਰ ਬੋਰਡ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਲਿਆ ਗਿਆ ਹੈ